ਹਾਂਜੀ ਸਰ, ਇਸ ਚੀਜ਼ ਨੂੰ ਮੈਂ ਐਗਰੀ ਕਰਦੀ ਹਾਂ ਕਿ ਮੇਰੇ ਕੋਲ ਗਲਤੀ ਦੇ ਨਾਲ ਆਪਣੀ ਬੇਟੀ ਦਾ ਵਜ਼ੀਫਾ ਅਪਲਾਈ ਕੀਤਾ ਗਿਆ। ਸਾਨੂੰ ਗੌਰਮੈਂਟ ਵੱਲੋਂ ਬਹੁਤ ਪ੍ਰੈਸ਼ਰ ਸੀ। ਮੈਡਮ ਨੂੰ ਡਿਸਮਿਸ ਕੀਤਾ, ਧੱਕੇਸ਼ਾਹੀ ਧੱਕੇਸ਼ਾਹੀ ਧੱਕੇਸ਼ਾਹੀ। ਇੱਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਆਪਣੀ ਬੇਟੀ ਦਾ ਗਲਤ ਸਰਟੀਫਿਕੇਟ ਬਣਾ ਕੇ ਸਰਕਾਰੀ ਵਜ਼ੀਫਾ ਲਿਆ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ। ਉਹਨਾਂ ਨੇ ਸਰਕਾਰੀ ਸਕੂਲ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ ਔਰ ਪ੍ਰਿੰਸੀਪਲ ਨੇ ਵੀ ਆਪਣੀ ਗਲਤੀ ਕੈਮਰੇ ਦੇ ਅੱਗੇ ਕਬੂਲ ਲਈ। ਦੱਸਦੀਏ ਕਿ ਘੱਟ ਆਮਦਨ ਦਾ ਸਰਟੀਫਿਕੇਟ ਬਣਾ ਕੇ ਸਰਕਾਰੀ ਵਜ਼ੀਫਾ ਲਿਆ, ਲੋਕਾਂ ਨੇ ਪ੍ਰਿੰਸੀਪਲ ਦੇ ਖਿਲਾਫ ਤਿੱਖੇ ਬਿਆਨ ਦਿੱਤੇ ਔਰ ਇਹਨਾਂ ਨੂੰ ਡਿਸਮਿਸ ਕਰਨ ਦੀ ਗੱਲ ਕਹੀ। ਤਾਂ ਬਟਾਲਾ ਦੇ ਨੇੜੇ ਪਿੰਡ ਜੌਹਲ ਨੰਗਲ ਦੇ ਸਰਕਾਰੀ ਸਕੂਲ ਦਾ ਇਹ ਮਾਮਲਾ ਹੈ, ਜਿੱਥੇ ਪਿੰਡ ਦੇ ਲੋਕਾਂ ਨੇ ਸਕੂਲ ਦੀ ਪ੍ਰਿੰਸੀਪਲ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ। ਲੋਕ ਅੜੇ ਹੋਏ ਨੇ ਕਿ ਇਸ ਪ੍ਰਿੰਸੀਪਲ ਨੂੰ ਡਿਸਮਿਸ ਕੀਤਾ ਜਾਵੇ ਔਰ ਹੋਰ ਵੀ ਇਸ ਤੇ ਗੰਭੀਰ ਆਰੋਪ ਲਗਾਏ ਗਏ ਨੇ। ਲੋਕਾਂ ਨੇ ਕਿਹਾ ਕਿ ਇਸ ਪ੍ਰਿੰਸੀਪਲ ਨੇ ਗਰੀਬ ਬੱਚਿਆਂ ਦਾ ਹੱਕ ਖਾਧਾ ਔਰ ਪ੍ਰਿੰਸੀਪਲ ਨੇ ਇਸ ਮਾਮਲੇ ਤੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਉਹ ਮੇਰੀ ਗਲਤੀ ਸੀ ਔਰ ਹੁਣ ਮੈਂ ਆਪਣੀ ਬੇਟੀ ਦਾ ਖਾਤਾ ਬੰਦ ਕਰਵਾ ਦਿੱਤਾ ਔਰ ਸਕੂਲ ਦਾ ਜੋ ਰਿਕਾਰਡ ਚੋਰੀ ਕੀਤਾ ਗਿਆ ਉਸ ਨੂੰ ਲੈ ਕੇ ਪੁਲਿਸ ਦੇ ਕੋਲ FIR ਵੀ ਦਰਜ ਕਰਵਾ ਦਿੱਤੀ। ਤਾਂ ਪਿੰਡ ਵਾਲੇ ਇੱਕ ਪਾਸੇ ਤੇ ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਹੈ, ਜਿਨ੍ਹਾਂ ਦੇ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਅਸੀਂ ਜੀ ਕਾਰਨ ਇਹ ਆ ਵੀ ਜਿਹੜੀ ਮੈਡਮ ਮੁੱਖ ਆਪਣਾ ਕੀ ਆ ਮੁੱਖ ਅਧਿਆਪਕਾ, ਇਹਨੇ ਆਪਣੀ ਗਲਤੀ ਨਾ ਆਉਂਦੀ ਆ ਮੇਰੇ ਕੋਲ ਵਜ਼ੀਫਾ ਲਿਆ ਗਿਆ ਬੇਟੀ ਆਪਣੀ ਦਾ, ਜਿਹੜੇ ਬੱਚਿਆਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ। 9ਵੀਂ ਕਲਾਸ ਦਾ ਇਹਨੇ ਲੈ ਲਿਆ ਵਾ ਅਤੇ 10ਵੀਂ ਦਾ ਇਹਨੇ ਅਪਲਾਈ ਕੀਤਾ ਵਾ। ਸਕੂਲ ਦੇ ਵਿੱਚ ਜਿਹੜੇ ਗਰਾਂਡਾਂ ਆਈਆਂ ਨੇ ਉਹ ਸਭ ਇਹਨੇ ਖੁਰਦ ਬੁਰਦ ਕੀਤੀਆਂ, ਜੇ ਇਹਨੂੰ ਪੁੱਛਿਆ ਵੀ ਹਿਸਾਬ ਪੁੱਛਿਆ ਵਾ ਅਤੇ ਅੱਗੋਂ ਦੀ ਤੁਸੀਂ ਕੌਣ ਹਿਸਾਬ ਲੈਣ ਵਾਲੇ, ਤੁਸੀਂ ਕੌਣ ਜੇ? ਅਸੀਂ ਮੁੱਖ ਮੰਤਰੀ ਨੂੰ, ਸਿੱਖਿਆ ਮੰਤਰੀ ਨੂੰ, SSP ਦਫ਼ਤਰ, DO ਦਫ਼ਤਰ, 6 ਮਹੀਨੇ ਹੋ ਗਏ ਆ, ਕੋਈ ਇੱਦਾਂ ਦੀ ਕਾਰਵਾਈ ਨਹੀਂ ਕੀਤੀ। ਜੇ ਨਾ ਇਹਨਾਂ ਨੇ ਕਾਰਵਾਈ ਕੀਤੀ ਤਾਂ ਸਾਡਾ ਧਰਨਾ ਇੱਦਾਂ ਹੀ ਭੁੱਖ ਹੜਤਾਲ 'ਚ ਜਾਈ ਜਾਵਾਂਗੇ। ਤੁਹਾਡੀਆਂ ਸ਼ਿਕਾਇਤਾਂ ਸਹੀ ਨੇ ਕਿਉਂਕਿ ਕਾਰਵਾਈ ਨਹੀਂ ਹੋਈ, ਸਾਡੇ ਕੋਲ ਵਿੱਧ ਪ੍ਰੂਫ ਆ ਜੀ। ਫਿਰ ਕਾਰਵਾਈ ਕਿਉਂ ਨਹੀਂ ਹੋਈ, ਕਿੱਥੇ ਸਮਝਦੇ ਕਮੀ ਕਿੱਥੇ? ਇਹ ਪ੍ਰਸ਼ਾਸਨ ਦੀ ਕਮੀ ਹੈ ਜੀ। ਪ੍ਰਸ਼ਾਸਨ ਜਿਹੜਾ ਵਾ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ, ਇਹਨੂੰ ਜੇ ਨਾ ਡਿਸਮਿਸ ਕੀਤਾ ਨਾ ਕਾਰਵਾਈ ਕੀਤੀ ਤੇ ਸਾਡਾ ਧਰਨਾ ਇਦਾਂ ਰਹੂਗਾ ਜੀ। ਕਿੰਨੇ ਸਮੇਂ ਤੱਕ ਧਰਨਾ ਲੱਗਾ ਰਹੇ? ਇਹ ਜਿੰਨੇ ਦਿਨ ਇਹਨੂੰ ਡਿਸਮਿਸ ਨਹੀਂ ਕਰਦੇ ਪੱਕੇ ਤੌਰ ਤੇ ਪਰਮਾਨੈਂਟ ਧਰਨਾ ਜੀ ਸਾਡਾ। ਸਰ ਮੇਰੀ ਇਹੋ ਹੀ ਮੰਗ ਵਾ ਵੀ ਇਹ ਜਿਹੜੇ ਸਾਰੇ ਮਤਲਬ ਕਿ ਆਪਣੇ ਜਿੰਨੇ ਵੀ ਘਪਲੇ ਕੀਤੇ ਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਦੱਸ ਦੇਣ, ਤੇ ਦੂਜੀ ਗੱਲ ਆ ਇਹਨਾਂ ਨੇ ਮੇਰੇ 2-3 ਵਾਰੀ ਮਤਲਬ ਕਿ ਪਰਚੇ ਮੇਰੇ ਤੇ ਹੋ ਗਏ ਆ। ਹੁਣ ਮਤਲਬ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਤੈਨੂੰ ਕਾਨੂੰਨੀ ਤੌਰ ਤੇ ਵੇਖਣਾ ਵਾ ਵੀ ਤੇਰੇ ਤੇ ਮਤਲਬ ਕਿ ਉਹ ਜਿਹੜੇ ਆਉਂਦੇ ਆ ਵੀ ਸੰਮਣ ਆਏ ਆ ਤੇ ਸੰਮਣਾ ਦੀ ਮੈਨੂੰ ਬੜੀ ਧਮਕੀ ਦਿੰਦੇ ਆ, ਮੈਨੂੰ ਬੜੇ ਮਾੜੇ ਸ਼ਬਦ ਬੋਲੇ। ਇੱਕ ਦਿਨ ਮੈਨੂੰ ਇੱਥੇ ਦਫ਼ਤਰ 'ਚ ਸੱਦ ਕੇ ਮੈਨੂੰ ਇਹ ਗੱਲ ਇਹਨਾਂ ਨੇ ਆਖੀ ਆ ਵੀ ਤੂੰ ਇਹਨਾਂ ਨੇ 3-4 ਵਾਰੀ ਮੈਨੂੰ ਕਹਿੰਦੇ ਕਿ ਇਹ ਸਕੂਲ 'ਚੋਂ ਚੱਲ ਜਾ। ਮੈਂ ਕਿਹਾ ਮੈਂ ਨਹੀਂ ਇਹ ਸਕੂਲ 'ਚ ਜਾਣਾ, ਸਕੂਲ ਮੇਰੇ ਪਿੰਡ ਦਾ ਵਾ, ਮੈਂ ਇਹ 13 ਸਾਲ ਹੋ ਗਏ ਇੱਥੇ ਡਿਊਟੀ ਕਰਨ ਦੀ ਨੂੰ। ਇਹਨਾਂ ਨੇ ਮੈਨੂੰ ਕਹਿੰਦੇ ਤੂੰ ਬਹੁਤ ਬਸ਼ਰਮ ਵਾ। ਚੈੱਕ ਤੇ ਸਾਈਨ ਹੁੰਦੇ ਰਹੇ ਬਸ ਪੈਸੇ ਲਿਖ ਕੇ ਖੜਦੀ ਰਹੀ। ਪੈਸੇ ਵੀ ਅੱਜ ਇੰਨੇ ਦਾ ਚੈੱਕ ਅਸੀਂ ਭਰ ਦਿੱਤਾ ਵਾ। ਚਲੋ ਵੀ ਜ਼ਰੂਰੀ ਸੀ, ਇਹ ਵੀ ਜ਼ਰੂਰੀ ਹੈ ਮੈਨੂੰ ਆਪਣੀ ਅੱਜ ਮੈਨੂੰ ਮਤਲਬ ਕਿ ਵੇਖੋ ਸਾਰੇ ਮੇਰੇ ਪਿੰਡ ਦੇ ਵਾਸੀ ਆ, ਮੈਨੂੰ ਅੱਜ ਲੋੜ ਵਾ। ਭਲਕੇ ਮੇਰੇ ਤੇ ਇਹ ਵੀ ਇਲਜ਼ਾਮ ਲਾ ਸਕਦੇ ਸੀ ਵੀ ਮਤਲਬ ਇਹਨਾਂ ਨੇ ਪੈਸੇ ਖਾਧੇ ਆ। ਜੇ ਮੇਰੇ ਕੋਲ ਅੱਜ ਸਚਾਈ ਹੈ ਵਾ
ਤੇ ਇਹਨਾਂ ਨੇ ਇਹ ਮੈਨੂੰ ਕਹਿਤਾ ਵੀ ਲਿਖ ਕੇ ਖੜਦੀ, ਮੈਂ ਲਿਖ ਕੇ ਖੜਦੀ ਹਾਂ ਤੇ ਮੈਂ ਅੱਜ ਮੈਂ ਸੱਚਾਈ ਦੱਸ ਸਕਦੀ ਹਾਂ ਵੀ ਇੰਨੇ ਦੀ ਰੇਤ ਆਈ, ਇੰਨੇ ਦੀ ਬਜਰੀ ਆਈ, ਇੰਨੇ ਦਾ ਸੀਮਿੰਟ ਆਇਆ, ਇੰਨੀਆਂ ਤਿੰਨ ਦਿਹਾੜੀਆਂ ਲੱਗੀਆਂ, ਇੰਨੇ ਮਜ਼ਦੂਰ ਹੀ, ਇੰਨੇ ਹੀ ਇੱਥੇ ਮਿਸਤਰੀ ਲੱਗੇ, ਹਾਂਜੀ ਇੰਨੇ ਮਿਸਤਰੀ ਲੱਗੇ, ਮੈਂ ਇੱਕ ਇੱਕ ਚੀਜ਼ ਦੀ ਇਹਦੀ ਨੋਟਿੰਗ ਕੀਤੀ ਆ। ਹਾਂਜੀ ਸਰ, ਇਸ ਚੀਜ਼ ਨੂੰ ਮੈਂ ਐਗਰੀ ਕਰਦੀ ਹਾਂ ਕਿ ਮੇਰੇ ਕੋਲ ਗਲਤੀ ਦੇ ਨਾਲ ਆਪਣੀ ਬੇਟੀ ਦਾ ਵਜ਼ੀਫਾ ਅਪਲਾਈ ਕੀਤਾ ਗਿਆ। ਸਾਨੂੰ ਗੌਰਮੈਂਟ ਵੱਲੋਂ ਬਹੁਤ ਪ੍ਰੈਸ਼ਰ ਸੀ, ਪਿੱਛੇ ਐਸੀ ਬੱਚਿਆਂ ਦਾ ਅਸੀਂ ਵਜ਼ੀਫਾ ਅਪਲਾਈ ਕੀਤਾ ਸੀ, 23 ਬੱਚੇ ਸੀ ਜਿਨ੍ਹਾਂ ਦੇ ਵਿੱਚ ਮੇਰੀ ਬੇਟੀ ਵੀ ਪੜ੍ਹਦੀ ਹੈ। ਔਰ ਕੋਈ ਵੀ ਅਧਿਆਪਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ 'ਚ ਨਹੀਂ ਲਗਾਉਂਦਾ। ਮੈਂ ਉਹਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਇਆ ਕਿਉਂਕਿ ਮੇਰੀ ਮੈਂ ਬੈਨੀਫਿਟ ਲੈਣ ਲਈ ਉਹਨੂੰ ਦਾਖਲ ਨਹੀਂ ਸੀ ਕਰਵਾਇਆ, ਕਿਉਂਕਿ ਮੇਰੀ ਇਨਰੋਲਮੈਂਟ ਸਕੂਲ ਦੀ ਵਧੀ ਸੀ ਔਰ ਉਹਦੇ ਲਈ ਮੈਨੂੰ ਅਵਾਰਡ ਦਿੱਤਾ ਜਾਣਾ ਸੀ ਅਤੇ ਮੇਰਾ ਇੱਕ ਬੱਚਾ ਕਰਦਾ ਸੀ, ਇਸ ਕਰਕੇ ਮੈਂ ਆਪਣੀ ਬੱਚੀ ਨੂੰ 8ਵੀਂ ਵਿੱਚ ਇੱਥੇ ਦਾਖਲ ਕਰਵਾ ਦਿੱਤਾ ਔਰ 8ਵੀਂ ਤੋਂ ਲੈ ਕੇ ਉਹ 10ਵੀਂ ਤੱਕ ਇੱਥੇ ਹੀ ਪੜ੍ਹੀ। ਔਰ ਜੇਕਰ ਮੇਰੇ ਕੋਲ ਗਲਤੀ ਹੋਈ ਸੀ, ਇਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਆ ਕੇ ਮੈਨੂੰ ਕਹਿੰਦੇ ਕਿ ਮੈਡਮ ਤੁਹਾਡੇ ਕੋਲ ਵਜ਼ੀਫਾ ਜਿਹੜਾ ਬੱਚੀ ਦਾ ਅਪਲਾਈ ਹੋਇਆ ਗਲਤ ਹੋ ਰਿਹਾ, ਇਹ ਨਾ ਕਰੋ। ਇਹਨਾਂ ਨੇ ਇਸ ਚੀਜ਼ ਨੂੰ ਕਰਨ ਦੀ ਬਜਾਏ ਮੇਰੀ ਬੇਟੀ ਦਾ ਰਿਕਾਰਡ ਚੋਰੀ ਕਰਕੇ FRI ਉਹਦੀ ਕਰਵਾਈ ਔਰ ਉਹਦੇ ਖਿਲਾਫ ਮੈਂ ਵੀ FRI ਕਰਵਾਈ ਕਿ ਇਹਨਾਂ ਨੇ ਮੇਰੇ ਸਕੂਲ ਦਾ ਰਿਕਾਰਡ ਚੋਰੀ ਕਿਉਂ ਕੀਤਾ। ਇਹ ਰਿਕਾਰਡ ਤਜਿੰਦਰ ਸਿੰਘ ਨੇ ਚੋਰੀ ਕੀਤਾ ਔਰ ਤਜਿੰਦਰ ਸਿੰਘ ਨੇ ਹੀ ਜਿਹੜੀ FIRI ਆ ਉਹ ਕਰਵਾਈ ਸੀ DC DSP ਗੁਰਦਾਸਪੁਰ। ਮੈਮ ਤੁਸੀਂ ਕਿਹਾ ਕਿ ਮੇਰੇ ਕੋਲ ਗਲਤੀ ਨਾਲ ਹੋ ਗਿਆ, ਹਾਂਜੀ ਇੱਕ ਰਿਪੋਰਟਡ ਪੋਸਟ ਤੇ ਤੁਸੀਂ ਬੈਠੇ ਹੋਏ ਹੋ, ਜ਼ਿੰਮੇਵਾਰੀ ਵਾਲੀ ਪੋਸਟ ਆ, ਇੰਨੇ ਸਕੂਲ ਦੇ ਬੱਚਿਆਂ ਨੂੰ ਤੁਸੀਂ ਸੰਭਾਲਦੇ ਹੋ, ਫਿਰ ਤੁਹਾਡੇ ਕੋਲ ਕਿਉਂ ਇਹ ਗਲਤੀ ਹੈ? ਸਰ ਮੈਂ ਇੱਕ ਇਨਸਾਨ ਆ, ਮੇਰੇ ਕੋਲ ਵੀ ਗਲਤੀ ਹੋ ਸਕਦੀ ਹੈ ਔਰ ਮੈਂ ਆਪਣੀ ਗਲਤੀ ਨੂੰ ਐਗਰੀ ਵੀ ਕਰ ਰਹੀ ਹਾਂ। ਔਰ ਸਰ ਜੇ ਮੇਰੇ ਕੋਲ ਗਲਤੀ ਹੋਈ ਤਾਂ ਮੈਂ ਇਹਨੂੰ ਇੰਪਰੂਵ ਵੀ ਕੀਤਾ, ਮੈਂ ਆਪਣੀ ਬੇਟੀ ਦਾ ਖਾਤਾ ਕਲੋਜ਼ ਕਰਵਾ ਦਿੱਤਾ ਔਰ ਉਹਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਹੁਣ ਆਇਆ ਅਤੇ ਨਾ ਹੀ ਅੱਗੋਂ ਆਏਗਾ। ਔਰ ਉਹਦਾ ਜਿਹੜਾ ਇਨਕਮ ਸਰਟੀਫਿਕੇਟ ਬਣਿਆ ਸੀ ਉਹਦੇ ਪਾਪਾ ਦਾ, ਉਹ ਵੀ ਮੈਂ ਰੱਦ ਕਰਵਾ ਦਿੱਤਾ। ਸਰ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਇਸ ਚੀਜ਼ ਇਹਨਾਂ ਨੇ ਮੇਰੀ ਨੈਗੇਟਿਵਿਟੀ ਨੂੰ ਇੱਦਾਂ ਮੇਰੀ ਗਲਤੀ ਨੂੰ ਇਹਨਾਂ ਨੇ ਮੇਰਾ ਨੈਗੇਟਿਵ ਪੁਆਇੰਟ ਬਣਾ ਦੇਣਾ। ਔਰ ਸਰ ਦੇਖੋ, ਜੇਕਰ ਇਹਨਾਂ ਨੂੰ ਇੱਦਾਂ ਲੱਗਿਆ ਕਿ ਮੇਰੇ ਕੋਲ ਗਲਤੀ ਹੋਈ ਹੈ, ਮੈਂ ਆਪਣੀ ਗਲਤੀ ਨੂੰ ਵੀ ਕਨਫੈਸ ਕਰ ਰਹੀ ਹਾਂ ਔਰ ਉਹਨਾਂ ਨੇ ਜਿਹੜੀ ਰਿਪੋਰਟ ਕੀਤੀ, ਰਿਪੋਰਟ ਵੀ ਮੇਰੇ ਕੋਲ ਆ ਗਈ ਹੋਈ ਹੈ, ਉਹਨਾਂ ਨੇ ਵੀ ਇਹਨਾਂ ਨੂੰ ਸਿਫਾਰਿਸ਼ ਕੀਤੀ ਕਿ ਦਾਖਲ ਦਫ਼ਤਰ ਕਰਨ ਦੀ ਰਿਪੋਰਟ ਕੀਤੀ ਜਾਵੇ। ਸਰ ਮੇਰੇ ਕੋਲ ਗਲਤੀ ਹੋਈ, ਮੈਂ ਮੰਨਦੀ ਹਾਂ, ਠੀਕ ਹੈ, ਔਰ ਕੋਈ ਵੀ ਬੱਚਾ ਮੈਂ ਵਜ਼ੀਫੇ ਤੋਂ ਵਾਂਝਾ ਨਹੀਂ ਰਹਿਣ ਦਿੰਦੀ। ਮੇਰਾ ਕੰਮ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਦੀ ਗਲਤੀ ਨਾਲ ਜਿਹੜੇ ਲੋੜਵੰਦ ਬੱਚੇ ਨੇ ਜਿਨ੍ਹਾਂ ਨੂੰ ਜ਼ਰੂਰੀ ਵਜ਼ੀਫਾ ਚਾਹੀਦਾ ਹੁੰਦਾ ਉਹਨਾਂ ਦਾ ਹੱਕ ਕਿਤੇ ਨਾ ਕਿਤੇ ਮਾਰਿਆ ਜਾਂਦਾ? ਸਰ ਮੈਂ ਕਿਸੇ ਬੱਚੇ ਦਾ ਹੱਕ ਨਾ ਕਦੀ ਮਾਰਿਆ, ਨਾ ਮਾਰਾਂਗੇ ਔਰ ਨਾ ਹੀ ਮਾਰਨ ਦੇਵਾਂਗੇ। ਵਜ਼ੀਫਾ ਸਰ ਉਹਦਾ 9th ਕਲਾਸ ਵਿੱਚ ਆਇਆ ਸੀ, 3500 ਰੁਪਈਆ, ਉਹ ਵੀ ਉਦੋਂ ਉਹਦਾ ਇਨਕਮ ਸਰਟੀਫਿਕੇਟ ਬੇਸਡ ਨਹੀਂ ਸੀ ਹੈਗਾ। ਮੈਂ ਇਹ ਵੀ ਕਿਹਾ ਕਿ ਜੇਕਰ ਹੈ ਇਹ ਚੀਜ਼ ਹੋਈ ਇੱਦਾਂ 3500 ਰੁਪਈਆ ਹੈ, ਉਹ ਵੀ ਉਹਨਾਂ ਨੂੰ ਰਿਵਰਟ ਕਰ ਦਿੱਤਾ ਜਾਏਗਾ। ਹੁਣ ਜਿਹੜਾ ਵਜ਼ੀਫਾ ਆਉਣਾ ਸੀ ਉਹ ਨਹੀਂ ਆਇਆ ਕਿਉਂਕਿ ਉਹਦਾ ਮੈਂ ਖਾਤਾ ਜਿਹੜਾ ਕਲੋਜ਼ ਕਰਵਾ ਦਿੱਤਾ। ਸਰ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹਨਾਂ ਦੇ ਬੱਚਿਆਂ ਦਾ ਕਦੀ ਵੀ ਹੱਕ ਨਹੀਂ ਮਾਰਿਆ ਗਿਆ, ਉਹਨਾਂ ਸਾਰਿਆਂ ਦੇ ਵਜ਼ੀਫੇ ਅਪਲਾਈ ਕੀਤੇ ਆ। ਵਜ਼ੀਫਾ ਸਰਕਾਰ ਦਾ ਦੇਣਾ ਕੰਮ ਹੈ, ਮੇਰਾ ਕੰਮ ਉਹਨਾਂ ਦੇ ਡਾਕੂਮੈਂਟਸ ਕਲੀਅਰ ਕਰਵਾਉਣਾ ਔਰ ਜੋ ਉਹਨਾਂ ਦੀਆਂ ਲੋੜਾਂ ਉਹਨਾਂ ਨੂੰ ਪੂਰੀਆਂ ਕਰਵਾਉਣਾ। ਔਰ ਕਾਫੀ ਬੱਚਿਆਂ ਦਾ ਵਜ਼ੀਫਾ ਆਇਆ ਵੀ ਹੈ ਔਰ ਰਹੀ ਗੱਲ ਮੇਰੀ ਬੇਟੀ ਦੀ, ਮੇਰੀ ਬੇਟੀ ਦਾ ਵਜ਼ੀਫਾ ਅੱਗੇ ਤੋਂ ਕਦੀ ਨਹੀਂ ਆਏਗਾ ਅਤੇ ਨਾ ਇਹਦਾ ਕਦੀ ਵੀ ਮਿਸਯੂਜ਼ ਕੀਤਾ ਜਾਏਗਾ। ਹਾਂਜੀ ਮੇਰੀ ਵੀ ਇਹਦੇ ਲਈ ਗੱਲ ਸੁਣੀ ਜਾਏ। ਹਾਂਜੀ ਸਰ, ਇਹਨਾਂ ਨੇ ਵਜ਼ੀਫੇ ਦੀ ਗੱਲ ਨੂੰ ਹਾਈਲਾਈਟ ਕੀਤਾ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਇਹ ਮੈਡਮ ਦਾ ਵੀਕ ਪੁਆਇੰਟ ਹੈ, ਇਹਨੂੰ ਹਾਈਲਾਈਟ ਕੀਤਾ ਜਾਵੇ। ਸਰ ਇਹ ਨਕਲ ਕਰਵਾਉਣ ਲਈ ਮੇਰੇ ਕੋਲ ਇੱਥੇ ਆਏ ਕਿ ਮੈਡਮ ਬੱਚਿਆਂ ਨੂੰ ਨਕਲ ਕਰਵਾਓ, ਕੀ ਇਹਨਾਂ ਦਾ ਰਾਈਟ ਹੈਗਾ ਨਕਲ ਕਰਵਾਉਣਾ? ਅਸੀਂ ਇੱਥੇ ਨਕਲ ਕਰਵਾਉਣ ਲਈ ਇੰਨੀ ਇੰਨੀ ਤਨਖਾਹ ਨਹੀਂ ਲੈ ਰਹੇ,
ਅਸੀਂ ਬੱਚਿਆਂ ਨੂੰ ਪੜ੍ਹਾਉਣਾ, ਅਸੀਂ ਬੱਚਿਆਂ ਦਾ ਫਿਊਚਰ ਬਣਾਉਣਾ, ਜਦੋਂ ਇਹ ਆਪ ਗਲਤੀਆਂ ਕਰਦੇ ਆ। ਤੇਜਿੰਦਰ ਸਿੰਘ ਲੇਨ ਸੈਂਟਰ 'ਚ ਖੁਦ ਮੇਰੇ ਕੋਲ ਉੱਥੇ ਆਇਆ ਸੀ ਕਿ ਮੈਡਮ ਬੱਚਾ ਦੀ ਨਕਲ ਕਰਵਾਓ। ਹਾਂ ਸਰ, ਮੇਨ ਮੁੱਦਾ ਇਹੀ ਹੈ, ਮੇਨ ਕਾਰਨ ਇਹੀ ਹੈ ਕਿ ਮੈਂ ਕਿਸੇ ਵੀ ਸੈਂਟਰ ਦੇ ਵਿੱਚ ਨਕਲ ਨਹੀਂ ਹੋਣ ਦਿੰਦੀ, ਨਾ ਮੈਨੂੰ ਪਸੰਦ ਇਹ ਚੀਜ਼, ਕਿਉਂਕਿ ਸਾਡਾ ਕੰਮ ਹੈ ਬੱਚਿਆਂ ਨੂੰ ਪੜ੍ਹਾਉਣਾ, ਉਹਨਾਂ ਨੂੰ ਮਿੱਠਾ ਜ਼ਹਿਰ ਨਹੀਂ ਦੇਣਾ। ਇਹ ਫਿਰ ਬਾਅਦ ਦੇ ਵਿੱਚ ਮੈਨੂੰ ਵਾਰ ਵਾਰ ਕੋਈ ਨਾ ਕੋਈ ਕੰਪਲੇਂਟ ਪਾ ਕੇ ਮੈਨੂੰ ਹਰਾਸ ਕਰਦੇ ਰਹਿੰਦੇ ਆ। ਮੈਂ ਇਹਨਾਂ 'ਤੇ ਸਰ ਕੋਰਟ ਕੇਸ ਵੀ ਕੀਤਾ ਹੋਇਆ, ਮੈਂ ਇਹਨਾਂ 'ਤੇ ਐੱਫ ਆਰ ਏ ਵੀ ਕੀਤੀ ਹੋਈ ਹੈ। ਮੈਂ ਇਹਨਾਂ ਨੂੰ, ਇਹ ਚਾਰ ਬੰਦੇ ਆ ਸਰ ਪਿੰਡ ਦੇ ਵਿੱਚ, ਤੇਜਿੰਦਰ ਸਿੰਘ, ਗੁਰਦੇਵ ਲਾਲ, ਸੁਖਵਿੰਦਰ ਸਿੰਘ ਅਤੇ ਰਾਮ ਸਿੰਘ, ਇਹ ਚਾਰ ਬੰਦੇ ਆ। ਇੱਕ ਜਿਹੜੇ ਦੋ ਤਿੰਨ ਇਹਨਾਂ ਨੇ ਹੋਰ ਆਪਣੇ ਨਾਲ ਰਲਾਏ ਹੋਏ ਆ, ਉਹ ਹੈਗੇ ਚੱਕਵੇਂ ਚੁੱਲ੍ਹੇ। ਉਹਨਾਂ ਨੇ ਮੈਨੂੰ ਵੀ ਕਿਹਾ ਸੀ, ਮੈਡਮ ਜਦੋਂ ਤੁਸੀਂ ਇਹਨਾਂ ਦੇ ਖਿਲਾਫ਼ ਕੰਪਲੇਂਟ ਕਰੋਗੇ ਅਸੀਂ ਸਾਈਨ ਕਰਾਂਗੇ। ਹੁਣ ਇਹਨਾਂ ਨੇ ਕੰਪਲੇਂਟ ਕੀਤੀ, ਇਹਨਾਂ ਨੇ ਸਾਈਨ ਕਰ ਦਿੱਤੇ। ਮੈਂ ਨੌ ਬੰਦੇ ਆ ਜਿਨ੍ਹਾਂ ਦੇ ਖਿਲਾਫ਼ ਕੋਰਟ ਕੇਸ ਕੀਤਾ ਹੋਇਆ, ਔਰ ਵਿੱਚੇ ਹੀ ਪ੍ਰਵੀਨ ਜਿਹੜੀ ਚੇਅਰਮੈਨ, ਉਹ ਸਾਰੀ ਜਿਹੜੀ ਲੀਕੇਜ ਹੈ ਸਕੂਲ ਦੀ ਉਹਨਾਂ ਤੱਕ ਕਰਦੀ ਹੈ। ਉਹ ਹੱਥ 'ਤੇ ਲਿਖ ਕੇ ਲੈ ਜਾਂਦੀ ਹੈ, ਘਰ ਉਹਨੇ ਕਾਪੀ ਲਗਾਈ ਹੋਈ ਹੈ, ਉਹ ਕਾਪੀ ਇਹਨਾਂ ਅੱਗੇ ਕਰ ਦਿੰਦੀ ਹੈ, ਉਹਦੇ ਬੇਸ 'ਤੇ ਕੰਪਲੇਂਟਾਂ ਕਰਦੇ ਆ। ਮੈਂ ਸੱਚੀ ਹਾਂ, ਰਵਾਂਗੀ ਔਰ ਇਹਨਾਂ ਦੇ ਨਾਲ ਇੱਦਾਂ ਹੀ ਲੜਦੀ ਰਹਾਂਗੀ।